ਸਤਿ ਸ਼੍ਰੀ ਅਕਾਲ ਦੋਸਤੋ, ਪਿਛਲੀ ਵਾਰੀ ਮਹਿਫਿਲ ਮਿੱਤਰਾਂ ਦੀ ਆਪਾਂ ਸਜਾਈ ਸੀਗੀ ਪਿੰਡ ਕਰੀਰ ਵਾਲੀ, ਪਰ ਉਹ ਮਹਿਫਿਲ ਮੁਕੰਮਲ ਨਹੀਂ ਸੀ ਹੋਈ। ਆਓ ਦੋਸਤੋ, ਇਸ ਵਾਰੀ ਫਿਰ ਉਸੇ ਪਿੰਡ ਚੱਲਦੇ ਹਾਂ, ਵੇਖਦੇ ਹਾਂ ਕੀ ਰੌਣਕ ਮੇਲਾ ਹੈਗਾ ਅਤੇ ਸਜਾਉਂਦੇ ਹਾਂ ਪਾਰਟ 2 ਮਹਿਫਿਲ ਮਿੱਤਰਾਂ ਦੀ ਪਿੰਡ ਕਰੀਰ ਵਾਲੀ। ਕੀ ਨਾਂ ਹੈ ਜੀ ਆਪ ਜੀ ਦਾ? ਕਮਲਜੀਤ ਸਿੰਘ ਜੀ। ਕਮਲਜੀਤ ਸਿੰਘ ਜੀ, ਕੀ ਕਰਦੇ ਹੋ? ਖੇਤੀਬਾੜੀ ਕਰਦੇ ਹਾਂ। ਖੇਤੀਬਾੜੀ ਕਰਦੇ ਹੋ, ਉਹਦੇ ਨਾਲ ਨਾਲ ਕਿਸੇ ਹੋਰ ਚੀਜ਼ ਨਾਲ ਵੀ ਜੁੜੇ ਹੋਏ ਹੋ? ਸਰ, ਇੱਕ USA ਦੀ ਕੰਪਨੀ ਮੈਂ ਵਿੱਚ ਕੰਮ ਕਰ ਰਿਹਾ। ਠੀਕ ਹੈ। ਮਰਿੰਗ ਔਰਗੈਨਿਕ ਪ੍ਰਾਈਵੇਟ ਲਿਮਿਟਡ। ਠੀਕ ਠੀਕ। ਉਹਦੇ ਨਾਲ ਨਾਲ ਯੂਥ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਸਪੋਰਟਸ ਵਾਲੇ ਪਾਸੇ ਧਿਆਨ ਦੇ ਰਹੇ ਹਾਂ। ਓਕੇ, ਇਹ ਜਿਹੜੇ ਸਪੋਰਟਸ ਵਾਲੇ ਪਾਸੇ ਦਾ ਜ਼ਰਾ ਜ਼ਿਕਰ ਕੀਤਾ ਤੁਸੀਂ, ਉਹਦੇ ਲਈ ਕੀ ਕੀ ਉਪਰਾਲੇ ਕੀਤੇ ਨੇ ਤੁਸੀਂ? ਕਿਵੇਂ ਅੱਜ ਦਾ ਜਿਹੜਾ ਯੂਥ ਹੈਗਾ ਉਹਨੂੰ ਜੋੜ ਰਹੇ ਹੋ ਸਪੋਰਟਸ ਦੇ ਨਾਲ? ਮੈਂ ਨਾ 3-4 ਸਾਲਾਂ ਬਾਅਦ ਆਪਣੇ ਪਿੰਡ ਆਇਆ, ਕਿਸੇ ਪ੍ਰੋਬਲਮ ਕਾਰਨ ਬਾਹਰ ਚਲਾ ਗਿਆ ਸੀ। ਆ ਕੇ ਦੇਖਿਆ ਜਿਹੜਾ ਪਿੰਡ ਦਾ ਮੇਰਾ ਯੂਥ ਸੀਗਾ ਉਹ ਗੁੱਲੀ ਡੰਡਾ ਵਗੈਰਾ ਖੇਡ ਰਿਹਾ ਸੀ। ਠੀਕ ਹੈ। ਉਹਦੇ ਨਾਲ ਉਹਨਾਂ ਦੇ ਗੁੱਲੀ ਲੱਗਣ ਨਾਲ ਨੁਕਸਾਨ ਹੋ ਸਕਦਾ ਸੀ। ਠੀਕ। ਮੈਂ ਦੇਖਿਆ ਵੀ ਇਹ ਗਲਤ ਹੋ ਰਿਹਾ। ਠੀਕ। ਉਹਦੇ ਲਈ ਉਹਨਾਂ ਨੂੰ ਵਾਲੀਬਾਲ ਦਾ ਨੈੱਟ ਲਿਆ ਕੇ ਦਿੱਤਾ। ਬਹੁਤ ਵਧੀਆ। ਨੈੱਟ ਲਵਾਇਆ, ਉਹਨਾਂ ਨੂੰ ਪ੍ਰੈਕਟਿਸ ਕਰਾਈ, ਖੇਡਣ ਲੱਗ ਗਏ। ਹੁਣ ਤਕਰੀਬਨ ਫਾਈਨਲ ਮੈਚ ਤੀਕਰ ਉਹ ਜਿੱਤਣ ਲੱਗ ਗਏ, ਪਹੁੰਚ ਗਏ। ਬਹੁਤ ਵਧੀਆ, ਬਹੁਤ ਵਧੀਆ। ਅਤੇ ਵਾਲੀਬਾਲ ਦੇ ਲਈ ਪਿੰਡ ਦੇ ਵਿੱਚ ਖਾਸ ਪ੍ਰਬੰਧ ਹੈਗਾ, ਮਤਲਬ ਅਲੱਗ ਤੋਂ ਥਾਂ ਮਿਲੀ ਹੋਈ ਹੈ? ਨਹੀਂ ਜੀ, ਖਾਸ ਪ੍ਰਬੰਧ ਕੋਈ ਨਹੀਂ, ਅਸੀਂ ਦਾਣਾ ਮੰਡੀ ਵਿੱਚ ਹੀ ਲਾਇਆ ਹੋਇਆ। ਤਿਆਰੀਆਂ ਚੱਲ ਰਹੀਆਂ? ਹਾਂਜੀ ਹਾਂਜੀ। ਕਿੰਨੇ ਕੁ ਮੁੰਡੇ ਜੁੜੇ ਹੋਏ ਆ ਸਪੋਰਟਸ ਦੇ ਨਾਲ? ਹੁਣ ਤਕਰੀਬਨ 25-30 ਮੁੰਡੇ ਹੋ ਗਏ ਜੀ। 25-30 ਮੁੰਡੇ ਹੋ ਚੁੱਕੇ? ਹਾਂਜੀ। ਅਤੇ ਗੇਮ ਖਿਡਾਉਣ ਦੇ ਨਾਲ ਨਾਲ ਦੌੜ ਭੱਜ ਵੀ ਕਰਾਉਂਦੇ ਉਹਨਾਂ ਨੂੂੰ? ਨਹੀਂ, ਜਿਮ ਦਾ ਪ੍ਰਬੰਧ ਹੈਗਾ ਜੀ, ਪਿੰਡ 'ਚ 3 ਜਿਮ ਹੈਗੇ। ਤੁਹਾਨੂੰ ਵੇਖ ਕੇ ਪਤਾ ਲੱਗਦਾ ਹੋ ਤਾਂ ਜਿਮ ਦਾ ਪ੍ਰਬੰਧ ਹੈਗਾ ਵਾ। ਹਾਂਜੀ। ਬਾਕੀ ਮੁੰਡੇ ਕਰਦੇ ਆ ਕਸਰਤ? ਹਾਂਜੀ ਹਾਂਜੀ। ਕੀ ਨਾਮ ਆ ਤਾ ਜੀ ਆਪਦਾ? ਸਰਜੀਤ ਕਰ। ਅੱਛਾ, ਆਪ ਜ਼ਿੰਦਗੀ ਦੇ ਵਿੱਚ ਜਦੋਂ ਇਸ ਪਿੰਡ 'ਚ ਵਿਆਹ ਕੇ ਆਏ, ਹਾਂਜੀ ਹਾਂਜੀ, ਉਸ ਤੋਂ ਬਾਅਦ ਕਿਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਰੁਝੇ ਰਹੇ ਹੋਗਾ ਆਪਣੇ ਪਰਿਵਾਰ ਨੂੰ ਸਮਝਣ ਤੋਂ? ਹਾਂਜੀ ਹਾਂਜੀ, ਕਬੀਲਦਾਰੀ 'ਚ ਹੁੰਦਾ ਹੀ ਆ ਫਿਰ। ਹਾਂਜੀ। ਪਰ ਤੁਸੀਂ ਤਾਂ ਕਿਹਾ ਸਾਰਾ ਪਰਿਵਾਰ ਹੀ ਕਬੀਲਦਾਰੀ ਵਾਂਗੂ ਰਹਿੰਦਾ, ਸਾਰਾ ਪਿੰਡ ਹੀ? ਹਾਂ, ਸਾਰਾ ਪਿੰਡ ਹੀ ਸਾਡਾ ਜੀ। ਅੱਛਾ, ਪਿੰਡ ਆ ਸਾਡਾ, ਸਾਰਾ ਪਿੰਡ ਵਿਆਹ ਤਾ ਪਿੰਡ ਵਾਲੇ ਕਹਿੰਦੇ ਮਾਈ ਨੇ ਸਾਰਾ ਪਿੰਡ ਵਿਆਹ ਤਾ। ਇਹਨਾਂ ਦੀ ਪਚੋਲਣ 113 ਦੀ? 113 ਦੀ? 13 ਭਲਾ ਹੋਵੇ। ਹਾਂਜੀ, ਕੀ ਗੱਲ, ਇਹ ਸਾਰਾ ਪਿੰਡ ਆਪਸ 'ਚ ਵਿਆਹ ਤਾ? ਹਾਂਜੀ, ਬਹੁਤ ਅੱਛੇ। ਹਾਂ, ਬਹੁਤ ਅੱਛੇ ਕੰਮ ਕਰੇ। ਕੋਈ ਉੱਥੇ ਰਾਜਾ, ਸਭ ਨੂੰ ਪਾਣੀ ਚਾਣੀ ਸਭ ਨੂੰ ਪਿਆਈਦਾ। ਇਹ ਮਤਲਬ ਅੱਜ ਦੀ ਤਰੀਕ ਦੇ ਵਿੱਚ ਪਿੰਡ ਦੀ ਜਿੰਨੀ ਆਬਾਦੀ ਆ, ਹਾਂਜੀ ਹਾਂਜੀ, ਉਹਦੇ ਵਿੱਚ ਮਾਤਾ ਨੂੰ ਬੜਾ ਯੋਗਦਾਨ ਪਾਉਣਾ ਪਿਆ। ਪਰਸਨੈਲਿਟੀ ਤਾਂ ਆਪਦੀ ਵੀ ਇਦਾਂ ਹੀ ਲੱਗਦੀ ਆ, ਪੁਲਸ 'ਚ ਰਹੇ ਹੋ? ਨਹੀਂ ਨਹੀਂ, ਪੁਲਸ ਪੁਲਸ 'ਚ ਕਿੱਥੇ ਰਹੇ ਹਾਂ, ਸੰਤਾਂ ਨੂੰ ਹੀ ਆ ਟੁੱਕਟੇ ਰਹੀ ਹਾਂ। ਕੀ ਕਰਦੇ ਹੋ? ਕਰਨਾ ਕੀ, ਰੋਟੀ ਤਾਂ ਸੀਮਤ ਹੈ, ਰੋਟੀਆਂ ਦੋ ਫੜਾ ਦਿੰਦੇ ਆ ਤੇ ਛੱਕ ਕੇ ਪੈ ਜਾਈਦਾ ਬਸ। ਸਤਨਾਮ ਬਈ। ਸਬਜ਼ੀ ਸੁਬਜ਼ੀ ਬਣਾ ਲੈਂਦੇ ਹੋ? ਸਬਜ਼ੀ ਸਬਜ਼ੀ ਤਾਂ ਨਹੀਂ ਮੈਨੂੰ ਬਣਾਉਣੀ ਆਉਂਦੀ, ਜੋ ਜੀ ਬਣੀ ਹੁੰਦੀ ਉਹ ਜੀ ਖਾ ਲਈਦੀ ਹੈ, ਬਸ ਗੱਲ ਤਾਂ ਇੰਨੀ। ਬੰਦਾ ਸੋਚਦਾ ਨਖਰਾ ਕਰਕੇ ਕਰਨਾ ਕੀ ਯਾਰ, ਖੁਦ ਬਣਾਉਣੀ ਪੈ ਜਾਏਗੀ ਫਿਰ। ਐ ਨਾ ਵੀ ਉਹ ਚੱਲਦਾ ਨਹੀਂ ਨਾ ਕੰਮ। ਠੀਕ ਠੀਕ। ਹਾਂ ਹਾਂ, ਬੰਦੇ ਨੂੰ ਚੁੱਪ ਰਹਿਣ 'ਚ ਸੁੱਖ ਹੁੰਦਾ, ਚੁੱਪ ਰਹਿਣ 'ਚ ਫਾਇਦਾ ਹੈ। ਹਾਂਜੀ ਹਾਂਜੀ। ਆਪਣਾ ਕੀ ਨਾਂ ਬਈ? ਧੀਰਾ ਸਿੰਘ ਜੀ। ਹੈ ਜੀ? ਧੀਰਾ ਸਿੰਘ ਜੀ। ਹੋਰ ਦਿਹਾੜੀ ਕਿਵੇਂ ਲੰਘਦੀਆਂ, ਕੀ ਕਰਦੇ ਹੋ ਸਾਰੀ ਦਿਹਾੜੀ 'ਚ? ਕੁਝ ਨਹੀਂ ਜੀ, ਹੁਣ ਤਾਂ ਵਿਹਲੇ ਜੀ। ਨਹੀਂ, ਪਹਿਲਾਂ ਕਿਹੜੇ ਪ੍ਰਾਈਮ ਮਿਨਿਸਟਰ ਲੱਗੇ ਸੀ, ਹੁਣ ਜਿਹੜੇ ਵਿਹਲੇ ਹੋ? ਪਹਿਲਾਂ ਚੱਕੀ ਚੁੱਕੀ ਚਲਾਉਂਦੇ ਹੁੰਦੇ ਜੀ? ਪਹਿਲਾਂ ਚੱਕੀ ਚਲਾਉਂਦੇ ਸੀ, ਬੰਦੇ ਪੀਂਦੇ ਸੀਗੇ? ਹੈਂ, ਕਿੰਨੇ ਕੁ ਪੀਸ ਤੇ? ਗੁਆਂਢੀਆਂ ਨੂੰ ਕਿੰਨੀ ਵਾਰੀ ਕੁੱਟਿਆ ਸੀ? ਕਦੇ ਵੀ ਨੀ। ਕਦੇ ਵੀ ਨੀ ਕੁੱਟਿਆ? ਤੁਹਾਡੀ ਦਰਾਣੀ ਹੈ ਕਿ ਜਠਾਣੀ ਹੈ? ਜਠਾਣੀ। ਜਠਾਣੀ ਹੈ, ਉਹਦੇ ਨਾਲ ਲੜਾਈ ਹੁੰਦੀ ਹੈ? ਮਾੜਾ ਮੋਟਾ ਜੀ, ਘਰਾਂ ਦੇ ਵਿੱਚ ਚੱਲਦਾ ਹੀ ਰਹਿੰਦਾ, ਸਾਨੂੰ ਪਤਾ ਹੀ ਹੈ। ਲੜਾਈ ਹੁੰਦੀ ਮਾੜੀ ਮੋਟੀ, ਉਹ ਮਾੜੀ ਤੇ ਮੈਂ ਮੋਟੀ। ਅੱਛਾ, ਫਿਰ ਜਦੋਂ ਘਰ ਵਾਲਾ ਘਰ ਆਉਂਦਾ ਕਿਸ ਤਰੀਕੇ ਨਾਲ ਗੱਲ ਕਰੀਦੀ ਆ? ਅੱਜ ਨਾ ਭਾਬੀ ਜੀ ਨੂੰ ਸਮਝਾ ਲਓ, ਅਗਲੀ ਵਾਰੀ ਨਹੀਂ ਮੈਂ ਮੌਕਾ ਦੇਣਾ। ਏਦਾਂ ਹੁੰਦਾ? ਨਹੀਂ ਹੁੰਦਾ, ਉਹਨੂੰ ਦੱਸਣ ਦੀ ਲੋੜ ਹੀ ਨਹੀਂ ਪੈਂਦੀ, ਆਪਣੇ ਆਪ ਹੀ ਕੰਮ ਸਿਰੇ ਚੜਾ ਦਈਦਾ। ਪਰਿਵਾਰ 'ਚ ਕੌਣ ਕੌਣ? ਸਾਰੇ ਜੀ। ਸਾਰੇ ਜੀ ਤਾਂ ਹੁੰਦੇ ਆ, ਮਤਲਬ ਕੌਣ ਕੌਣ ਹੈ? ਬੇਟਾ, ਬੇਟੀ, ਧੀ, ਨੂੰਹ, ਬੇਟੇ, ਬੇਟੀਆਂ ਹੈਗੇ, ਵਿਆਹੇ ਹੋਏ ਨੇ, ਪੁੱਤਰੀਆਂ, ਪੁੱਤਰੀਆਂ ਵੀ ਹੈਗੀਆਂ ਨੇ। ਅੱਛਾ, ਮੁੰਡੇ ਵਧੀਆ ਹੁੰਦੇ ਆ? ਧੀਆਂ ਮੁੰਡੇ ਵੀ ਵਧੀਆ, ਧੀਆਂ ਵੀ ਵਧੀਆ, ਕਿਉਂ ਨਿੰਦ ਗਏ? ਰੋਟੀ ਲੈ ਕੇ ਖਾਣੀ ਹੈ? ਕਿਆ ਬਾਤ ਹੈ ਮਾਤਾ! ਮਾਤਾ ਕਹਿੰਦੀ ਮੈਂ ਆਪਣਾ ਹੀ ਕੰਮ ਵਿਗਾੜਾ ਭਾਈ, ਤੂੰ ਚਲੇ ਜਾਣਾ ਪ੍ਰੋਗਰਾਮ ਸ਼ੂਟ ਕਰਕੇ। ਬਹੁਤ ਵਧੀਆ। ਲਓ ਜੀ, ਆਪਾਂ ਸਰਪੰਚਣੀ ਨੂੰ ਮਿਲ ਰਹੇ ਹਾਂ, ਆਪਾਂ ਹੋਰ ਲੋਕਾਂ ਨੂੰ ਮਿਲ ਰਹੇ ਹਾਂ। ਲੋਕ ਸਾਨੂੰ ਉਹਨਾਂ ਨਾਲ ਮਿਲਾਉਣ ਲੱਗੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਅੱਧੇ ਸਰਪੰਚ ਨੇ। ਮੈਂ ਵੀ ਵੈਸੇ ਪਹਿਲੀ ਵਾਰ ਸੁਣੀ ਹੈ ਟਰਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆਪ ਜੀ? ਰਾਮ ਸਿੰਘ। ਪਿੱਛੇ ਤਾਂ ਬੜਾ ਸੰਗਦਾ ਸੀ, ਹੁਣ ਬੜੀ ਜੋਰ ਨਾਲ ਨਿਕਲ ਰਹੀ ਹੈ। ਅੱਛਾ, ਇਹ ਅੱਧਾ ਸਰਪੰਚ ਕੀ ਹੁੰਦਾ ਬਈ, ਕਿਉਂ ਕਿਹਾ ਜਾਂਦਾ ਤੁਹਾਨੂੰ? ਅੱਧਾ ਸਰਪੰਚ ਐਂ ਆਖਿਆ ਜਾਂਦਾ ਵੀ ਸਰਪੰਚ ਨੂੰ ਰਾਏ ਦੇ ਦੇਣੀ ਭਾਈ ਆਹ ਕੰਮ ਚੰਗਾ ਆਪਣਾ ਹੋ ਜੇ। ਅੱਛਾ, ਉਹ ਉਸਦੇ ਮਗਰ ਲੱਗ ਕੇ ਭੈਣ ਭਰਾ ਲੱਗ ਕੇ ਕਰ ਦਿੰਦੇ ਆ। ਠੀਕ, ਮਤਲਬ ਤੁਹਾਡੀ ਚੱਲ ਜਾਂਦੀ ਆ? ਮਾੜਾ ਮੋਟਾ ਚੱਲ ਜਾਂਦਾ। ਆਪ ਜੀ ਦਾ ਨਾਂ ਕੀ ਹੈ? ਰਣਜੀਤ ਸਿੰਘ। ਫੇਲ। ਆਪ ਜੀ ਦਾ ਨਾਂ ਕੀ ਆ? ਟਕਵਾਲ ਸਿੰਘ। ਆਪ ਜੀ ਦਾ ਨਾਂ ਕੀ ਆ? ਸੁਰਿੰਦਰਪਾਲ ਸਿੰਘ। ਮੈਂ ਜਿਹੜਾ ਸਵਾਲ ਪੁੱਛੂੰਗਾ ਉਹਦਾ ਜਵਾਬ ਫਟਾਫਟ ਦੇਣਾ। ਠੀਕ ਹੈ ਜੀ। ਆਪ ਜੀ ਦਾ ਨਾਂ ਕੀ ਆ? ਬਿੱਕਰ ਸਿੰਘ ਬਰਾੜ ਜੀ। ਫੇਲ।
ਆਪ ਜੀ ਦਾ ਨਾਂ ਕੀ ਆ? ਸਖਰਾਜ ਸਿੰਘ ਭਰਾ। ਨਾਂ ਕੀ ਆ? ਧਰਮਵੀਰ ਸਿੰਘ। ਕਿਹੜੇ ਮੁਲਕ 'ਚ ਵੱਸਦੇ ਹੋ? ਮੇਰੇ ਸਵਾਲ ਦਾ ਜਵਾਬ ਅਜੇ ਵੀ ਨੀ ਮਿਲਿਆ। ਮਨਜੀਤ ਸਿੰਘ ਜੀ, ਮੈਂ ਤਾਂ ਨਾ ਹੀ ਨੀ ਪੁੱਛਿਆ ਤੁਹਾਡੇ ਕੋਲੋਂ, ਆਪਾਂ ਵੀ ਦੱਸੀ ਜਾਂਦੇ ਆ। ਕਿਹੜੇ ਮੁਲਕ 'ਚ ਵੱਸਦੇ ਹੋ? ਪੰਜਾਬ 'ਚ ਜੀ। ਮੈਂ ਜਿਹੜਾ ਸਵਾਲ ਪੁੱਛ ਰਿਹਾ ਉਹਦਾ ਜਵਾਬ ਫਟਾਫਟ ਦੇਣਾ ਹੈ, ਠੀਕ ਹੈ ਜੀ? ਕਿਹੜੇ ਮੁਲਕ 'ਚ ਵੱਸਦੇ ਹੋ? ਪੰਜਾਬ 'ਚ। ਮੈਂ ਜਿਹੜਾ ਸਵਾਲ ਪੁੱਛ ਰਿਹਾ ਉਹਦਾ ਜਵਾਬ ਫਟਾਫਟ ਦੇਣਾ, ਠੀਕ ਹੈ ਜੀ? ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ? ਲਾਲ ਬਹਾਦਰ। ਵਿਕਟ ਡਾਊਨ, ਵਿਕਟ ਡਾਊਨ। ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ? ਜਵਾਬ ਫਟਾਫਟ ਦੇਣਾ, ਫਟਾਫਟ। ਨਰਿੰਦਰ ਮੋਦੀ। ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ? ਅਕਾਲੀ ਪ੍ਰਧਾਨ। ਵਿਕਟ ਡਾਊਨ। ਮੈਂ ਜੋ ਸਵਾਲ ਪੁੱਛ ਰਿਹਾ ਉਹਦਾ ਜਵਾਬ ਇੱਕੋ ਦੇਣਾ, ਫਟਾਫਟ। ਸਵਾਲ ਕੱਖ ਵੀ ਹੋਵੇ, ਕੁਝ ਵੀ ਹੋਵੇ, ਜਵਾਬ ਇੱਕੋ ਦੇਣਾ, ਫਟਾਫਟ। ਹੁਣ ਤਾਂ ਮੋਦੀ ਇਸ ਟਾਈਮ। ਲੈ ਬਈ, ਮੈਂ ਸਾਰਿਆਂ ਨੂੰ ਜਵਾਬ ਪਿਆ ਪੁੱਛਦਾ ਸੀ ਤੇ ਜਵਾਬ ਹੀ ਦੱਸਦਾ ਸੀ। ਇੱਕ ਵਾਰੀ ਫੇਰ ਸੋਚ ਕੇ ਵੇਖਿਓ, ਮੈਂ ਜੋ ਸਵਾਲ ਪੁੱਛ ਰਿਹਾ ਉਹਦਾ ਜਵਾਬ ਤੁਸੀਂ ਫਟਾਫਟ ਦੇਣਾ, ਭਾਵੇਂ ਸਵਾਲ ਕੁਝ ਵੀ ਹੋਵੇ। ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ? ਫਟਾਫਟ ਸਮਝੋ ਮੇਰੀ ਗੱਲ ਨੂੰ, ਸਮਝੇ ਪੋਸਟ ਗ੍ਰੈਜੂਏਟ ਸਾਹਿਬ? ਮਾਰੋ ਤਾਲੀ ਪਿੰਡ ਵਾਲਿਆਂ ਦੇ ਨਾਂ ਤੇ ਭਾਈ। ਲਓ ਜੀ, ਗੱਡਾ ਆ ਰਿਹਾ, ਲੋਹੇ ਦੇ ਮੰਜੇ ਖਰੀਦ ਕੇ ਲੈ ਜਾਓ। ਮੈਂ ਚੱਲਿਆ ਮੰਜੇ ਖਰੀਦਣ, ਛੋਟਾ ਜਿਹਾ ਬ੍ਰੇਕ ਲੈਣ ਜਾ ਰਿਹਾ। ਬ੍ਰੇਕ ਤੋਂ ਬਾਅਦ ਮੁੜ ਕੇ ਹਾਜ਼ਰ ਹੋ ਰਿਹਾ ਲੈ ਕੇ ਮਹਿਫਿਲ। ਲਓ ਜੀ, ਪਰਿਵਾਰ ਦੇ ਨਾਲ ਮੇਲ ਹੋਇਆ ਤੇ ਸਬੱਬ ਬਹੁਤ ਹੀ ਸੋਹਣਾ ਬਣਿਆ। ਸਬੱਬ ਇਹ ਬਣਿਆ ਕਿ ਸਰਦਾਰ ਮੱਘਰ ਸਿੰਘ ਭੁੱਲਰ ਜੀ ਇਸ ਪਿੰਡ ਦੇ ਵਿੱਚ ਹੈਗੇ ਨੇ, ਉਹਨਾਂ ਦਾ ਸਾਰਾ ਹੀ ਪਰਿਵਾਰ ਸਾਡੇ ਨਾਲ ਇਸ ਵੇਲੇ ਖੜਿਆ ਹੋਇਆ। ਆਓ, ਪਿੰਡ ਦੇ ਵਿੱਚ ਗੱਲਾਂ ਬਾਤਾਂ ਕਰਦੇ ਹੋਏ ਉਹਨਾਂ ਦੇ ਪਰਿਵਾਰ ਨਾਲ ਖਾਸ ਤੌਰ 'ਤੇ ਗੱਲਬਾਤ ਕਰਦੇ ਹਾਂ। ਸਰਦਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਵਧੀਆ ਜੀ। ਅੱਛਾ, ਇੱਕ ਗੱਲ ਆਖੀ ਜਾਂਦੀ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਹਾਂਜੀ ਹਾਂਜੀ, ਠੀਕ ਆ। ਤੁਹਾਨੂੰ ਵੀ ਹੈਗਾ? ਹਾਂਜੀ, ਪੱਕੀ ਗੱਲ? ਹਾਂ। ਅੱਛਾ, ਜਦੋਂ ਕੋਈ ਕੰਮ ਵਿਗੜ ਜਾਂਦਾ ਘਰ ਦੇ ਵਿੱਚ, ਫਿਰ ਡਾਂਟ ਕਿਹਨੂੰ ਪੈਂਦੀ ਹੈ, ਮੂਲ ਨੂੰ ਕਿ ਵਿਆਜ ਨੂੰ? ਪਹਿਲਾਂ ਉਹਨੂੰ ਆਖਿਰ ਤੂੰ ਸਮਝਾਇਆ ਨਹੀਂ ਮੂਲ ਨੂੰ। ਬਾਬਾ ਪਿੱਛੋਂ ਦੀ ਕਹਿੰਦਾ ਮੈਨੂੰ ਪੁੱਛਗਾ ਤੇ ਵਿਆਜ ਪਿਆਰਾ? ਹਾਂਜੀ, ਕਰੀਏ ਫਿਰ ਵਿਆਜ ਨਾਲ ਗੱਲਾਂ। ਹਾਂ, ਕਰੋ। ਵਿਆਜ ਤੋਂ ਪਹਿਲਾਂ ਮੂਲ ਨਾਲ ਕਰਕੇ ਵੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਠੀਕ ਠਾਕ। ਇਹ ਤੁਹਾਡੇ ਵਾਈਫ ਨੇ, ਹੈਨਾ ਜੀ? ਪੱਕੀ ਗੱਲ? ਪੱਕੀ ਗੱਲ ਹੈ। ਰਿਪੋਰਟਾਂ ਪੱਕੀਆਂ ਨੇ? ਪੱਕੀਆਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਘਰੇ ਠੀਕ ਠਾਕ ਰਹਿੰਦੇ ਆ ਕਿ ਤੇ ਗਾਹ ਵੀ ਪਾਉਂਦੇ ਆ? ਨਹੀਂ, ਠੀਕ ਆ, ਬਿਲਕੁਲ ਠੀਕ ਆ ਜੀ। ਪੱਕੀ ਗੱਲ ਹੈ? ਹਾਂ। ਕਿੰਨਾ ਟਾਈਮ ਹੋ ਗਿਆ ਵਿਆਹ ਨੂੰ? ਵਿਆਹ ਨੂੰ ਹੋ ਗਏ ਹੁਣ 40 ਸਾਲ। 40 ਸਾਲ ਦੇ ਵਿੱਚ ਕਦੇ ਇਦਾਂ ਵੀ ਹੋਇਆ ਕਿ ਉਹਨਾਂ ਦੀ ਵੀ ਚੱਲ ਸਕੀ ਹੋਵੇ ਘਰੇ? ਮਾਹੌਲ ਸੱਸ ਕਹਿੰਦੀ ਕਿ ਸਹੁਰੇ ਦੀ ਚੱਲਦੀ ਆ ਘਰੇ, ਠੀਕ ਹੈ? ਇਹੀ ਕਹਿੰਦੇ ਆ। ਇੱਕ ਮਿੰਟ ਸਪੇਸ ਦਿਓ ਥੋੜਾ ਜਿਹਾ ਮੈਨੂੰ, ਕੋਈ ਨਹੀਂ ਵੇਖਦਾ। ਹੁਣ ਦੱਸੋ ਸੱਚ ਗੱਲ? ਹਾਂਜੀ। ਉਹ ਪੱਕੀ ਗੱਲ, ਇਹ ਵਾਲਾ ਕੈਮਰਾ ਬੰਦ ਹੈ, ਕੋਈ ਨਹੀਂ ਸੁਣਦਾ। ਹਾਂਜੀ ਹਾਂਜੀ, ਨਹੀਂ ਜਿਵੇਂ ਫੋਨ ਤੇ ਮਾਂ ਨੂੰ ਦੱਸਦੀ ਹੈ ਨਾ ਸੱਚ ਸੱਚ, ਉਦਾਂ ਹੀ ਦੱਸ ਦਿਓ। ਭੁੱਲਰ ਸਾਹਿਬ, ਘਰ 'ਚ ਮਜ਼ਾ ਮੌਜਾਂ ਨੇ? ਹਾਂਜੀ, ਵਧੀਆ ਪੂਰੀਆਂ। ਹਾਂ। ਅੱਛਾ, ਹੁਣ ਵੀ ਕਦੇ ਇਦਾਂ ਹੁੰਦਾ ਕਿ ਦਾਦਾ ਜੀ ਬਾਪੂ ਨੂੰ ਖੜਕਾ ਦਿੰਦੇ ਆ, ਕਿੱਥੇ ਚੱਲਿਆ ਬਈ, ਕੀ ਕਰਦਾ ਬਈ? ਨਹੀਂ ਨਹੀਂ, ਇਦਾਂ ਤਾਂ ਨਹੀਂ ਹੁੰਦਾ। ਹੁਣ ਨਹੀਂ ਹੁੰਦਾ? ਹਾਂ, ਉਹ ਬਿਠਾ ਕੇ ਕੋਈ ਰਾਇ ਲੈਣੀ ਆ, ਉਹ ਗੱਲ ਕਰ ਲੈਂਦੇ। ਠੀਕ, ਤੇ ਤੁਹਾਡੀਆਂ ਰਿਪੋਰਟਿੰਗ, ਤੈਨੂੰ ਜਿਵੇਂ ਆਫਿਸ ਦੇ ਵਿੱਚ ਰਿਪੋਰਟਿੰਗ ਹੁੰਦੀ ਹੈ ਨਾ ਬੌਸ ਨੂੰ, ਤੁਹਾਡੀ ਰਿਪੋਰਟਿੰਗ ਕਿਹਨੂੰ ਹੁੰਦੀ ਜਾਂਦੀ ਹੈ? ਕੀ ਕਰਦੇ ਹੋ, ਕਿੱਥੇ ਰਹਿੰਦੇ ਹੋ, ਕੀ ਨਹੀਂ ਕਰਦੇ, ਕਿੰਨੀ ਗ੍ਰਾਹੀ ਕਰਦੇ ਹੋ? ਪਹਿਲਾਂ ਮਾਂ ਨੂੰ ਪਤਾ ਲੱਗਦਾ ਸੀ, ਮਾਂ ਤੋਂ ਗਾਂ ਅੱਗੇ ਫਾਦਰ ਸਾਹਿਬ ਕੋਲੇ ਜਾਂਦੀ। ਹੋਰ ਰਿਪੋਰਟਿੰਗ ਕਿਤੇ ਵੀ ਨਹੀਂ ਹੁੰਦੀ? ਨਹੀਂ, ਹੋਰ ਨਹੀਂ ਹੁੰਦੀ। ਸੱਚ ਦੱਸ ਦਿਓ ਹੁਣ? ਨਹੀਂ ਨਹੀਂ, ਹੋਰ ਨਹੀਂ। ਵਿਆਹ ਨਹੀਂ ਹਜੇ ਹੋਇਆ? ਨਹੀਂ, ਹਜੇ ਨਹੀਂ ਹੋਇਆ। ਇੱਕ ਵਾਰੀ ਆਪਸ 'ਚ ਵੇਖ ਕੇ ਸਤਿ ਸ਼੍ਰੀ ਅਕਾਲ ਤਾਂ ਬੁਲਾ ਦਿਓ ਇੱਕ ਦੂਜੇ ਨੂੰ। ਲੈ, ਸਤਿ ਸ਼੍ਰੀ ਅਕਾਲ ਹੀ ਬੁਲਾਉਣ ਨੂੰ ਕਹੀਏ ਮਾਤਾ। ਅੱਛਾ, ਤੁਸੀਂ ਕਰ ਦਿਓ। ਕੀ ਨਾਂ ਹੈ ਆਪ ਜੀ ਦਾ? ਮਨਜੀਤਿੰਦਰ ਸਿੰਘ ਜੀ। ਮਨਜੀਤ ਜੀ, ਸਾਨੂੰ ਇੱਕ ਗੱਲ ਦਾ ਜਵਾਬ ਦੇਣਾ ਹੈ। ਇੱਕ ਪੰਜਾਬੀ ਗੱਲ ਹੈਗੀ ਹੈ, ਉੱਚਾ ਲੰਮਾ ਗੱਭਰੂ ਪੱਲੇ ਠੀਕ ਕਰੀਆਂ, ਇਹਦਾ ਅਰਥ ਕੀ ਹੁੰਦਾ? ਮੰਨ ਕੇ ਚੱਲੋ ਵੀ ਪੜ੍ਹਿਆ ਲਿਖਿਆ, ਕੀ ਮੰਨ ਕੇ ਚੱਲਾਂ ਜਿਹੜਾ ਸੱਚ ਹੈ? ਦੱਸਿਆ, ਮੰਨ ਕੇ ਚੱਲੋ ਵੀ ਇਹ ਠੇਡੇ ਖਾਦਾ ਫਿਰਦਾ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੋਵੇ ਤੇ ਪੱਲੇ ਕੁਛ ਵੀ ਨਾ ਹੋਵੇ, ਵਿਚਾਰਾ ਫੇਰ ਹੋ ਗਿਆ, ਦਿਹਾੜੀਆਂ ਵਗੈਰਾ ਕਰੇ ਜਾਂ ਆਪਦੇ ਕੰਮ ਕਾਰ ਕਰੇ, ਕੋਈ ਖੇਤੀਬਾੜੀ ਇੰਨਾ ਜਿਹਾ ਮਿਹਨਤ ਕਰਕੇਤੀਬਾੜੀ ਕਰਦਾ, ਉਹਦੇ ਪੱਲੇ ਠੀਕ ਕਰੀਆਂ, ਬਸ ਠੀਕ ਕਰੀਆਂ ਜਿਮੀਦਾਰ ਦੇ ਪੱਲੇ ਇੱਕ ਮਨ ਦਾ। ਤੇਰਾ ਭਲਾ ਹੋਵੇ, ਕਦੇ ਤਾਂ ਚੰਡੀਗੜ੍ਹ ਜਾ ਕੇ ਗੀਤ ਬੜੇ ਗਾਉਂਦੇ ਆ। ਯਾਰ, ਉਹ ਗੀਤਾਂ 'ਚ ਹੀ ਹੈ। ਨਹੀਂ ਨਹੀਂ, ਮੇਰੀ ਸੁਣ ਗੱਲ, ਉਹ ਗੀਤਾਂ ਦੇ ਵਿੱਚ ਹੀ ਹੈ, ਜੇ ਇੱਕ ਸੋਚ ਕੇ ਵੇਖੋ ਤਾਂ ਗੀਤਾਂ ਦੇ ਵਿੱਚ ਹੀ ਹੈ ਉਹ। ਅੱਛਾ, ਹਾਂ। ਤੇ ਜਿਹੜੇ ਬਾਹਰ ਨਿਕਲ ਗਏ? ਬਾਹਰ ਨਿਕਲ ਗਏ, ਉਹ ਜਿਵੇਂ ਮੰਨ ਕੇ ਚੱਲੋ ਜਿਹੜੇ ਪਹਿਲਾਂ ਸੀਗੇ ਉਹ ਸੈਟਲ ਹੋਏ ਹੋਏ, ਜਿਹੜੇ ਅੱਜ ਦੇ ਦਿਨ ਦੇ ਵਿੱਚ ਜਾ ਰਹੇ ਆ, ਪਰ ਉਹ ਬਟ ਮੈਨੂੰ ਲੱਗਦਾ ਵੀ ਸੈਟਲ ਦੇ ਕਰ ਹੋਏ ਆ।
ਤੁਸੀਂ ਕੀ ਕਰਦੇ ਹੋ? ਮੈਂ ਖੇਤੀਬਾੜੀ ਕਰਦਾ। ਇਹਦਾ ਮਤਲਬ ਉੱਚਾ ਲੰਮਾ ਗੱਭਰੂ ਪੱਲੇ ਠੀਕ ਕਰੀਆਂ? ਠੀਕ ਕਰੀਆਂ ਆ, ਸਹੀ ਗੱਲ ਹੈ, ਠੀਕ ਕਰੀਆਂ। ਮੈਂ ਤਾਂ ਕੀ ਗੱਲ ਕਰਦੇ ਹੋ, ਢਿੱਡ ਵੇਖੋ ਕਿੰਨਾ ਅੱਗੇ ਵਧਾਇਆ ਹੋਇਆ, ਟੈਡੀ ਪੱਲੇ ਠੀਕਰੀਆਂ ਨਾਲ ਵਧਦਾ ਪੱਲਾ, ਟੈਡੀ ਆ ਪੱਲੇ ਇਕੱਲੇ ਟੈਡੀ ਆ। ਲੈ ਹੱਦ ਹੋ ਗਈ, ਬੰਦਾ ਕਹਿੰਦਾ ਯਾਰ ਖਾਣ ਨੂੰ ਕੁਝ ਨਹੀਂ ਹੈਗੀ, ਮੈਂ ਦੁਬਲਾ ਪਤਲਾ ਮਰ ਗਿਆ। ਏਦਾਂ ਦਾ ਦੁਬਲਾ ਪਤਲਾ ਹੋਵੇ ਤਾਂ ਬੰਦਾ ਕਹੇ ਯਾਰ ਸਾਰਿਆਂ ਨੂੰ ਹੀ ਦੁਬਲਾ ਬਣਾ ਦੇ। ਨਹੀਂ, ਇੱਕ ਚੀਜ਼ ਸੋਚ ਕੇ ਦੇਖਣ ਲਈ ਆ। ਤੁਹਾਡਾ ਕੀ ਕਹਿਣਾ ਹੈਗਾ ਇਸ ਗੱਲ ਬਾਰੇ, ਉੱਚਾ ਲੰਮਾ ਗੱਭਰੂ ਪੱਲੇ ਠੀਕ ਕਰੀਆਂ? ਬਸ ਦੱਸ ਦਿੱਤਾ ਸਾਰਾ ਮੀਨਿੰਗ ਉਹੀ ਆ। ਅੱਛਾ, ਕਿੰਨੀ ਕਿੰਨੀ ਪੜ੍ਹਾਈ ਕੀਤੀ ਹੋਈ ਤੁਸੀਂ? ਪਲੱਸ ਟੂ ਕੀਤੀ। ਪਲੱਸ ਟੂ ਕੀਤੀ ਹੋਈ, ਕੀ ਪਲੱਸ ਕੀਤਾ ਉਹਦੇ ਵਿੱਚ? 2 ਜਮ੍ਹਾਂ 2 5 ਕਿਵੇਂ ਹੋ ਸਕਦੇ ਆ? ਪਲੱਸ ਟੂ ਇਸ ਤਰ੍ਹਾਂ 11ਵੀਂ ਕਰਕੇ 12ਵੀਂ ਕਰਕੇ। ਮੈਨੂੰ ਇਹ ਦੱਸੋ 2 ਜਮ੍ਹਾਂ 2 5 ਕਿਵੇਂ ਹੋ ਸਕਦੇ ਆ? ਕਿਸ ਤਰ੍ਹਾਂ 2 ਜਮ੍ਹਾਂ 2 5? ਉਹੀ ਤਾਂ 12ਵੀਂ ਕਰ ਲਈ, ਸਿੱਧਾ ਜਿਹਾ ਸਵਾਲ ਪੁੱਛ ਰਿਹਾ। ਦੱਸੀ ਤਾਂ ਜਾਂਦੇ ਤੁਸੀਂ ਹੁਣ, 2 ਜਮ੍ਹਾਂ 2 5 ਕਿਵੇਂ ਹੋ ਸਕਦੇ? ਦੱਸੀ ਜਾਂਦੇ ਹੁਣ, ਹੋ ਸਕਦਾ ਨਹੀਂ ਹੋਰ ਨਹੀਂ, ਤੁਸੀਂ ਦੱਸੀ ਜਾਂਦੇ। ਮੈਂ ਦੱਸੂਗਾ 2 ਜਮ੍ਹਾਂ 2 5 ਕਿਵੇਂ ਹੋ ਸਕਦੇ ਆ? 3+2 ਜੀ। 2 ਜਮ੍ਹਾਂ 2 5 ਕਿਵੇਂ ਹੋ ਸਕਦੇ ਆ? ਨਹੀਂ ਪਤਾ, ਨਹੀਂ ਹੋ ਸਕਦੇ। 2 ਜਮ੍ਹਾਂ 2 5 ਕਿਵੇਂ ਹੋ ਸਕਦੇ ਆ? ਇੱਕ ਪਲੱਸ ਪੈ ਗਈ ਵਿੱਚ ਹੀ। ਹੈਂ, ਪਲੱਸ ਵੀ ਨਹੀਂ ਪਾਉਣਾ ਵਿਚਾਲੇ? 2 ਜਮ੍ਹਾਂ 2 5 ਨਹੀਂ। 2 ਜਮ੍ਹਾਂ 2 5 ਕਿਵੇਂ ਹੋ ਸਕਦੇ ਆ? ਨਹੀਂ ਜੀ, ਨਹੀਂ ਹੋ ਸਕਦੇ। ਪੱਕੀ ਗੱਲ, ਸਾਡੇ ਗਲਤੀ ਨਾਲ ਹੋ ਸਕਦੇ ਆ। ਕੀ ਕਰਦੇ ਹੋ ਬੇਟਾ? ਗੇਮ ਖੇਡਦੇ ਹਾਂ, ਬੈਲਟ ਰੈਸਲਿੰਗ। ਗੇਮ ਖੇਡਦੇ ਹੋ? ਬੈਲਟ ਰੈਸਲਿੰਗ। ਬੈਲਟ ਰੈਸਲਿੰਗ, ਕੀ ਬਾਤ ਹੈ! ਇਸ ਖੇਡ ਵੱਲ ਤੁਹਾਡਾ ਝੁਕਾਵ ਕਿਵੇਂ ਬਣਿਆ, ਕਿਵੇਂ ਰੁਝਾਨ ਬਣਿਆ? ਬਹੁਤ ਅੱਛਾ ਬਣਿਆ। ਬਹੁਤ ਅੱਛਾ ਤਾਂ ਕਰਦੇ ਹੋ, ਕਿਸ ਲੈਵਲ ਤੱਕ ਖੇਡ ਚੁੱਕੇ ਹੋ? ਕਿਸ ਨੈਸ਼ਨਲ ਲੈਵਲ ਤੱਕ? ਨੈਸ਼ਨਲ ਲੈਵਲ ਤੱਕ ਜਾ ਚੁੱਕੇ ਹਾਂ। ਸਿੰਘ ਸਾਹਿਬ, ਤੁਹਾਡੇ ਘਰੋਂ ਮੁੰਡਾ ਹੈਗਾ ਜਿਹੜਾ ਉਹ ਨੈਸ਼ਨਲ ਲੈਵਲ ਤੱਕ ਖੇਡ ਚੁੱਕਿਆ, ਕਿੰਨੀ ਕੁ ਉਮਰ ਆਪਦੀ? 14 ਸਾਲ ਦੀ ਸਾਰੀ ਉਮਰ ਹੈਗੀ ਆ, ਨੈਸ਼ਨਲ ਲੈਵਲ ਖੇਡ ਚੁੱਕਿਆ, ਕੀ ਫੀਲਿੰਗ ਆਉਂਦੀ ਹੈ? ਇਹ ਵੇਖੋ ਜੀ, ਸਭ ਤੋਂ ਪਹਿਲਾਂ ਤੁਹਾਨੂੰ ਸਹੀ ਦੱਸੀਏ ਜੀ, ਪਹਿਲਾਂ ਇਹ ਖੇਡਦਾ ਸੀ ਮੱਲ ਸਕੂਲ 'ਚ, ਉਦੋਂ ਗਿਆ ਇਹ ਸਮਲਾ ਤਹਿਸੀਲ 'ਚ, ਤਹਿਸੀਲ 'ਚ ਵੀ ਮੈਡਲ ਲਿਆ, ਫਿਰ ਜ਼ਿਲ੍ਹੇ 'ਚੋਂ ਮੈਡਲ ਲਿਆ, ਫਿਰ ਪੰਜਾਬ 'ਚੋਂ ਮੈਡਲ ਲਿਆ। ਕੀ ਬਾਤ ਹੈ, ਤਾਲੀਆਂ ਬਾਈ ਪਿੰਡ ਦੇ ਮੁੰਡੇ ਦੇ ਨਾਂ ਉੱਤੇ! ਸਾਨੂੰ ਦੱਸਿਆ ਨਹੀਂ, ਤੁਹਾਨੂੰ ਦੱਸਿਆ ਨਹੀਂ? ਮੈਂ ਇੱਥੇ ਪੰਜਾਬ ਦਾ ਲਿਆ, ਉਦੋਂ ਦੱਸਿਆ ਅਤੇ ਨਹੀਂ ਆ ਕੇ ਮੈਡਲ ਟੰਗ ਦਿੰਦਾ ਸੀ ਬਸ। ਵੈਸੇ ਹੁਣ 14 ਸਾਲ ਦਾ ਆ, ਹਾਂਜੀ, 25-26 ਦੇ ਨੇੜੇ ਨਜ਼ਰ ਰੱਖਿਓ, ਜਿਹੜੇ ਵੋਟੀ ਲਾ ਕੇ ਕਹਿ ਦੇ ਦੱਸੇ ਹੀ ਨਾ, ਆਈ ਹੋਈ ਜੀ ਮੇਲੋ ਆ ਕੇ ਲਾਉਣਾ, ਇਹਨੂੰ ਮਹਾਰਾਜ ਤੰਦਰੁਸਤੀ ਦੇਵੇ, ਇਹਨੇ ਹੁਣ ਜਾਣਾ ਫਿਰ ਬਾਹਰ। ਕਹਿੰਦੇ ਛੜੇ ਛੜੇ ਨਾ ਸਮਝੋ ਲੋਕੋ, ਛੜੇ ਬੜੇ ਗੁਣਕਾਰੀ, ਨਾ ਛੜਿਆ ਨੂੰ ਫੋੜਾ ਫਿੰਸੀ, ਨਾ ਕੋਈ ਲਗੇ ਬਿਮਾਰੀ, ਦੇਸੀ ਘਿਓ ਦੇ ਪਕਣ ਪਰੌਂਠੇ, ਮੁਰਗੇ ਦੀ ਤਰਕਾਰੀ, ਹੁਣ ਛੜਿਆ ਨੇ ਗੈਸ ਲਵਾ ਲਈ, ਫੂਕਣੋ ਹਟ ਗਈ ਦਾੜੀ, ਹੁਣ ਛੜਿਆ ਨੂੰ ਮੌਜਾਂ ਹੀ ਮੌਜਾਂ ਕਹਿ ਗਏ ਅਟਲ ਬਿਹਾਰੀ, ਸਾਡੇ ਛੜਿਆ ਦੀ ਦੁਨੀਆ ਤੇ ਸਰਦਾਰੀ, ਸਾਡੇ ਛੜਿਆ ਦੀ ਦੁਨੀਆ ਤੇ ਸਰਦਾਰੀ, ਸਾਡੇ ਛੜਿਆ ਦੀ। ਲਓ ਬਈ ਹੁਣ ਦੱਸ ਬਾਬਾ, ਇਹ ਕੀ ਗੱਲ ਹੋ ਗਈ, ਛੜਾ ਕਿਵੇਂ ਰਹਿ ਗਿਆ? ਪਹਿਲਾਂ ਛੜੇ ਨੇ ਗੁੱਦਾ ਆਟਾ, ਫੇਰ ਤੰਦੂਰ ਤੇ ਪਾਇਆ, ਅੱਗ ਛੜੇ ਨੇ ਮੱਚਣ ਲੱਗੀ, ਭੱਜ ਕੇ ਨਾਲਾ ਲਿਆਇਆ, ਅੱਗੇ ਵਿਆਹ ਕੰਮ ਨਹੀਂ ਕਰਵਾਇਆ, ਜੋ ਮੇਰੇ ਕੰਮ ਜੰਮੀ ਕੋਈ ਨਹੀਂ। ਉਹ ਚੱਕ ਜਵਾਨਾ। ਅੱਛਾ ਬਾਬਾ, ਮੈਂ ਤਾਂ ਇਹ ਸੁਣਿਆ ਸੀ ਕਿ ਪੰਜਾਬ ਦੇ ਵਿੱਚ, ਰਾਜਸਥਾਨ ਦੇ ਵਿੱਚ 847 ਮੁੰਡੇ ਤੇ 1000 ਕੁੜੀਆਂ, ਆ ਜਿਹੜੀ ਬਾਕੀ ਦੀਆਂ ਰਹਿ ਗਈਆਂ ਉਹਨਾਂ ਵਿੱਚੋਂ ਵੀ ਕੋਈ ਸੂਤ ਨਹੀਂ ਆਈ? ਨਾ ਨਾ ਨਾ, ਉਹਨੇ ਬੜੇ ਹੋ ਗਏ ਕਰ ਲੈ। ਕੀ ਕਹਿੰਦੀ? ਉਹ ਬਸ ਠੀਕ ਕਹਿੰਦੀ, ਉਹ ਕਹਿੰਦੀ ਕੀ ਕਹਿੰਦੀ? ਹੁਣ ਤਾਂ ਮੰਨੀ ਨਹੀਂ, ਹੁਣ ਤਾਂ ਆ ਫਰਦੀਆਂ। ਨਾ ਮੈਂ ਕਹਾ, ਕਹਿੰਦੀ ਮੈਂ ਸਾਰਾ ਦਿਨ ਰਹੀ ਲੱਭਦੀ, ਉਹ ਲੌਂਗ ਛੜੇ ਜੇਠ ਦੀ ਮੁੱਛਾਂ ਚੋ ਧਿਆਇਆ, ਮੈਂ ਸਾਰਾ ਦਿਨ ਰਹੀ ਲੱਭਦੀ। ਕਿਆ ਬਾਤ ਆ ਬਾਬਾ, ਇੱਕ ਵਾਰੀ ਮੁੜ ਕੇ ਨਾ ਦੱਸਿਓ ਆਪਣਾ ਲਲਕਾਰੇ ਦੇ ਤਾਂ ਦੇ। ਬਲਦੇਵ ਸਿੰਘ? ਬਲਦੇਵ ਸਿੰਘ, ਕਢਾ ਦਈਏ ਫਿਰ ਮੈਟ੍ਰੀਮੋਨੀਅਲ ਚ ਐਡ। ਕਢਾ ਦੇ ਯਾਰ, ਬਾਬਾ ਕੁੜੀ ਭਾਲਦਾ, ਬਾਬਾ ਬੁੜੀ ਭਾਲਦਾ। ਨਹੀਂ ਨਹੀਂ, ਬੁੜੀ ਬੜੀ ਭਾਲਦਾ, ਹੁਣ ਬੁੜੀ ਭਾਲਦਾ, ਹੁਣ ਨਹੀਂ ਭਾਲਦਾ, ਨਹੀਂ ਨਹੀਂ ਹੁਣ ਨਹੀਂ ਭਾਲਦਾ। ਕੀ ਗੱਲ? ਅੱਛਾ ਬਾਬਾ, ਸਾਰੀ ਗੱਲ ਛੱਡ, ਦੁਨੀਆਦਾਰੀ ਦਾ ਕੀ ਹੈ, ਦੁਨੀਆ ਤਾਂ ਆਪਣੇ ਜੋਗੀ ਹੁੰਦੀ ਆ, ਠੀਕ ਹੈ ਜੀ। ਇਹ ਦੱਸ, ਕਿਤੇ ਕੋਈ ਅੰਗਰੇਜ਼ਣ ਮਿਲ ਗਈ ਫਿਰ ਗੱਲ ਬਣਾਉਣੀ ਹੈ? ਦੱਸ ਦਿਓ ਕੀ ਦੱਸਣਾ। ਇੰਡੀਆ ਵਾਲੀਆਂ ਚ ਕਿੱਥੇ ਹੋ ਗੱਲ ਬਾਬਾ? ਇਹ ਗੱਲ ਹੈ ਜੇਠੇ ਦੀ ਮਸ਼ਹੂਰ ਮੰਡੀ ਹੈ, ਪੰਜੀ ਇੱਕ ਦੀ ਤੀਵੀਆਂ ਸੁਣ। ਇੱਕ ਛੋਟੇ ਜਿਹੇ ਬ੍ਰੇਕ ਤੇ ਚੱਲੇ ਹਾਂ ਜੀ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੋ ਰਹੇ ਹਾਂ ਲੈ ਕੇ ਮਹਿਫਿਲ। ਜਨਾਬ, ਆਪ ਜੀ ਦਾ ਨਾਂ? ਮੇਰਾ ਨਾਂ ਵੈਸੇ ਤਾਂ ਅਸਲ ਵਿੱਚ ਹੈਗਾ, ਜਿਵੇਂ ਕਹਿੰਦੇ ਵੀ ਪਿਆਰ ਵਿੱਚ ਇੱਕ ਨਾਂ ਹੋਰ ਹੁੰਦਾ ਹੀ ਹੈ ਜੀ ਜੀ ਜੀ, ਅਤੇ ਪੱਕਾ ਨਾਂ ਮੇਰਾ ਹੈਗਾ ਜਸਦੇਵ ਸਿੰਘ ਜੱਸਾ। ਪਿਆਰ ਨਾਂ ਕੀ ਸਾਧੇ ਨੇ? ਜੱਸਾ। ਜੱਸਾ, ਜੱਸਾ ਸਿੰਘ ਪਿਆਰ ਦਾ ਨਾਂ ਹੈ ਤੇ ਮੈਨੂੰ ਚੰਗਾ ਵੀ ਇਹੀ ਲੱਗਦਾ। ਬਿਲਕੁਲ ਠੀਕ ਗੱਲ ਹੈ ਜੀ, ਪਿਆਰ 'ਚ ਜਿਹੜਾ ਸਵਾਦ ਆ ਉਹ ਵੈਸੇ ਔਪਚਾਰਿਕਤਾ 'ਚ ਨਹੀਂ ਹੈਗਾ। ਸਹੀ ਗੱਲ ਹੈ, ਠੀਕ ਹੈ। ਅੱਛਾ, ਕੀ ਸੁਣਾਉਣ ਲੱਗੇ ਜਨਾਬ? ਸੱਚੀ ਪਰਖੀ ਤੋਲੀ ਹੁੰਦੀ ਗੱਲ ਸਿਆਣਿਆਂ ਦੀ,
ਮਾੜਾ ਹੁੰਦਾ ਕਿਸੇ ਨੂੰ ਪੁੱਟੇ ਪਾਉਣਾ, ਉਹ ਚੁਗਲੀ ਨਿੰਦਾ ਕਰਨੀ ਅੰਤ ਕਿਸੇ ਦੀ ਮਾੜੀ ਬਈ, ਮਾੜਾ ਹੁੰਦਾ ਕਿਸੇ ਦੇ ਦਿਲ ਤਾਈ ਤੜਫਾਉਣਾ, ਉਹ ਮਾੜੀ ਹੁੰਦੀ ਕਰਨੀ ਟਿੱਚਰ ਲੰਘਣੇ ਪਿੰਗਲੇ ਨੂੰ, ਉਹ ਮਾੜਾ ਹੁੰਦਾ ਕਿਸੇ ਦੇ ਦਿਲ ਤਾਈ ਤੜਫਾਉਣਾ, ਅੱਖਾਂ ਭਰ ਕੇ ਨਾ ਬਈ ਤੱਕੀਏ ਨਾਰ ਬਗਾਨੀ ਨੂੰ, ਉਹ ਮਾੜਾ ਹੁੰਦਾ ਪੇਕਿਆਂ ਦੇ ਵਿੱਚ ਯਾਰ ਹੰਡਾਉਣਾ, ਉਹ ਮਾੜਾ ਹੁੰਦਾ ਫਿਰਦਾ ਨਿੱਤ ਜਵਾਈ ਸਹੁਰਿਆਂ ਦੇ, ਉਹ ਮਾੜਾ ਹੁੰਦਾ ਲੋਕੋ ਧੀ ਦੇ ਕਰਦਾ ਖਾਣ, ਉਹ ਮਾੜੀ ਦੁਸ਼ਮਣ ਦੇ ਨਾਲ ਬਹਿ ਕੇ ਦਾਰੂ ਪੀਣੀ ਬਈ, ਮਾੜਾ ਹੁੰਦਾ ਤੱਕੇ ਦਾ ਮੇਲੀ ਬਣ ਜਾਣਾ, ਉਹ ਗੱਲਾਂ ਖਰੀਆਂ ਖਰੀਆਂ ਹਰੀ ਮਾਜਰੇ ਵਾਲਿਆਂ ਏ, ਆਉਂਦਾ ਹੁੰਦਾ ਨਹੀਂ ਉਹ ਹੱਥ ਵਰਤਿਆ ਪਾਣਾ। ਕਰੀਰ ਵਾਲੀ ਦੇ ਮੁੰਡੇ ਵੇਖ ਲੋ, ਕਰੀਰ ਵਾਲੀ ਦੇ ਮੁੰਡਿਆਂ ਸੁਣ ਲੋ, ਹਾਏ ਲੜੀਆਂ ਦੀਆਂ ਲੜੀਆਂ, ਬਈ ਮਾੜੀ ਧੀੜੀ ਨਾਲ ਵਿਆਹ ਨਾ ਕਰਾਉਂਦੇ, ਵਿਆਹ ਕੇ ਲਿਆਉਂਦੇ ਪਰੀਆਂ, ਮੇਲਾ ਮੁਕਤਸਰ ਦਾ ਡਾਂਗਾ ਰੱਖਦੇ ਖੜੀਆਂ, ਮੇਲਾ ਮੁਕਤਸਰ ਦਾ ਡਾਂਗਾ ਰੱਖਦੇ ਖੜੀਆਂ, ਮੇਲਾ ਮੁਕਤਸਰ ਦਾ ਬਾਣੀ ਬਾਣੀ ਸਭ ਜਗ ਕਹਿੰਦਾ ਸੱਚ ਗੁਰੂ ਦੀ ਬਾਣੀ, ਬਈ ਭੁੱਖਿਆਂ ਨੂੰ ਇਹ ਭੋਜਨ ਭੇਜੇ ਪਿਆਸਿਆਂ ਨੂੰ ਜਲ ਪਾਣੀ, ਨੰਗਿਆਂ ਨੂੰ ਇਹ ਵਸਤਰ ਭੇਜੇ ਸਭ ਦੇ ਕੰਮ ਸਵਾਰੇ, ਬਾਣੀ ਬਾਬੇ ਦੀ ਤਪਦੇ ਹਿਰਦੇ ਠਾਰੇ, ਬਾਣੀ ਬਾਬੇ ਦੀ ਤਪਦੇ ਹਿਰਦੇ ਠਾਰੇ, ਬਾਣੀ ਬਾਬੇ ਦੀ। ਉਹ ਤੂੰ ਪੀਨਾ ਨਿੱਤ ਸ਼ਰਾਬਾਂ ਨੂੰ, ਪਹਿਲਾ ਸ਼ਰਾਬਾਂ ਨੇ ਬੇੜਾ ਤੇਰਾ ਗਰਕ ਕੀਤਾ, ਵੇਖੀ ਜਾਨੇ ਜ਼ਮੀਨ ਜਿੱਟਾ ਆਪਣੀ ਤੂੰ, ਪਕੜ ਸੁਰਗ ਤੋਂ ਸੜੇ ਨਰਕ ਕੀਤਾ, ਉਹ ਮੈਂ ਖੇਤ ਨੂੰ ਤੁਰਿਆ ਜਾਂਦਾ ਸੀ ਤੇ ਆਪਣਾ ਜੀ ਪਿਆ ਲਾਉਂਦਾ ਸੀ, ਸਾਹਮਣੇ ਮੇਰੀ ਨਿਗਾਹ ਪਈ ਇੱਕ ਹਾਲੀ ਤੁਰਿਆ ਜਾਂਦਾ ਸੀ, ਸਿਰ 'ਤੇ ਸਾਦੀ ਪਗੜੀ ਸੀ ਅੱਧੀ ਕੋਦੇ ਬੱਧੀ ਸੀ, ਅੱਧੀ ਕਿਵੇਂ ਵਗਲੀ ਸੀ, ਮੈਂ ਸੀ ਉਸ ਨੂੰ ਪੁੱਛਿਆ ਤੈਨੂੰ ਕਿਸੇ ਦਾ ਇੱਕ ਵੇਲ ਆਇਆ ਵਾਲਾ, ਹੁਣ ਤਾਂ ਖੇਤ ਤੋਂ ਲੋਕ ਆਉਂਦੇ ਤੇ ਹੁਣ ਘਰ ਜਾਣ ਤੂੰ ਖੇਤ ਨੂੰ ਜਾਂਦਾ ਅਤੇ ਘਰ ਜਾਣ ਦਾ ਵੇਲਾ ਇਹ, ਅੱਗੋਂ ਮੈਨੂੰ ਉਹ ਬੰਦਾ ਕਹਿੰਦਾ ਮੇਰੀ ਅੱਜ ਕਹਾਣੀ ਹੈ, ਜੇ ਤੂੰ ਸਾਰੀ ਚੁਣ ਚਾਹੁਣਾ ਸੁਣਨੀ ਤਾਂ ਮੈਂ ਸਾਰੀ ਖੋਲ ਸਲਾਣੀ ਹੈ, ਮੈਂ ਕਿਹਾ ਦੱਸੋ ਭਾਈ। ਦੱਸੋ ਜੀ। ਉਹਦਾ ਜੀ 80 ਕਿੱਲੇ ਪੈਲੀ ਸੀ, 80 ਦੀ ਪੂਰੀ 80 ਸੀ, ਦੋਵੇਂ ਮੋਗੇ ਮੁੱਢ ਵਿੱਚ ਖੁੱਲ੍ਹੇ ਪਾਣੀ ਨੂੰ ਲੱਗਦੀ ਕੱਸੀ ਸੀ, ਚਾਰ ਮੇਰੇ ਮੁੰਡੇ ਸੀ ਜਿਹੜੇ ਗੁੰਡਾਗਰਦੀ ਕਰਦੇ ਸੀ, ਸਾਰੇ ਪਿੰਡ ਤੜੀ ਜਮਾਈ ਸਾਰੇ ਸਾਥੋਂ ਡਰਦੇ ਸੀ। ਕੋਈ ਦਿਨ ਬੀਤੇ ਕਿ ਸੱਚੀ ਦੱਸਾਂ, ਮਾਂ ਮੁੰਡਿਆਂ ਦੀ ਮਰ ਗਈ ਸੀ, ਜਾਂਦੀ ਜਾਂਦੀ ਇੱਕ ਛੋਟੀ ਭੈਣ ਦਾ ਉਹ ਇਸ਼ਾਰਾ ਕਰ ਗਈ ਸੀ, ਮੁੰਡਿਆਂ ਜਿਹੜੀ ਮਾਸੀ ਸੀ ਮੈਂ ਘੱਤ ਸੁਨੇਹਾ ਸੱਦੀ ਸੀ, ਸੁਨੇਹਾ ਮਿਲਦੀ ਡੇਰ ਸੀ ਉਹਦਾ ਫਿੜਕੇ ਵਾਂਗੂ ਵੱਜੀ ਸੀ, ਮੁੰਡਿਆਂ ਨੇ ਦਾਰੂ ਕੱਢੀ ਸੀ ਪੀਪੀ ਵਿੱਚ ਤੂੜੀ ਦੇ ਦੱਬੀ ਸੀ, ਦਿਨ ਖੁਸ਼ੀਆਂ ਦੇ ਲੰਘਦੇ ਸੀ, ਫਕਰੋ ਆ ਗਿਆ ਦਿਨ ਦਿਵਾਲੀ ਦਾ, ਮੁੰਡਿਆਂ ਨੇ ਜਿਹੜੀ ਮਾਸੀ ਸੀ ਮਾਸੀ ਨੇ ਕੀਤੀ 80 ਸੀ, ਦਿਨ ਦਿਵਾਲੀ ਦਾ ਆ ਗਿਆ ਪੁੱਤਰੋ ਘੁੱਟ ਘੁੱਟ ਮੁੰਡੂ ਲਾ ਲਓ ਖਾਂ ਪੀ ਕੇ ਘੁੱਟ ਸ਼ਰਾਬ ਦੀ ਬੱਚੇ ਦਿਵਾਲੀ ਤੁਸੀਂ ਮਨਾ ਲਓ, ਮੁੰਡਿਆਂ ਨੇ ਪੀਪੀ ਕੱਢੀ ਸੀ ਉਹਨਾਂ ਬਾਟੇ ਭਾਟੇ ਪੀਤੇ ਸੱਚੀ ਜਮਾਂ ਜਿਵੇਂ ਬੀਤੀ ਸੀ, ਕੋਲ ਬੈਠੇ ਨੇ ਪ੍ਰੇਮੀ ਮੈਂ ਵੀ ਐਵੇਂ ਘੁੱਟ ਕੇ ਪੀਤੀ ਸੀ, ਇੱਕ ਚੰਗੇ ਘਰ ਦਾ ਮੁੰਡਾ ਸੀ ਗਲੀ ਦੇ ਵੀ ਦੀ ਲੰਘ ਗਿਆ ਪਰ ਕਿਸਮਤ ਉਹਦੀ ਮੜੀ ਤੁਰਿਆ ਜਾਂਦਾ ਖੰਘ ਗਿਆ, ਮੁੰਡਿਆਂ ਨੇ ਦਾਰੂ ਪੀਤੀ ਸੀ ਆ ਗਏ ਵਿੱਚ ਇਸ਼ਾਰੇ ਦੇ ਟੋਟੇ ਟੋਟੇ ਵੱਢ ਕੇ ਉਸ ਘਰ ਮਾਰੇ ਮਾਰੇ, ਪੁਲਿਸ ਥਾਣੇ ਆਈ ਸੀ ਹੱਥ ਕੜੀ ਆ ਕੇ ਲਾਈ ਸੀ, ਸਾਹਮਣੇ ਹੱਟੀ ਸੀ ਇੱਕ ਲਾਲੀ ਜਿਹਨੇ ਭਰੀ ਗਵਾਈ ਸੀ, ਮੈਂ ਮੁੰਡਿਆਂ ਦੀ ਮਾਸੀ ਨੂੰ ਆਖਿਆ ਨਾਵੇਂ ਦੀ ਕੁਛ ਲੋੜ ਪਈ ਆ, ਨਾਵਾਂ ਤਾਂ ਕਿੱਥੋਂ ਮਿਲੇ ਉਹ ਵੀ ਪੱਤਰੇ ਤੋੜ ਗਈ, ਫਿਰ ਕੀ ਹੋਇਆ ਜੀ ਅਗਰ 70 ਕਿੱਲੇ ਵੇਚ ਦਿੱਤੇ, ਮੈਂ ਸ਼ੇਸ਼ ਨੂੰ ਜੱਬ ਨੂੰ ਜੱਜ ਨੂੰ ਦੱਬ ਲਿਆ, ਦੇ ਕੇ ਵੱਡੀ ਤਕੜੀ ਥਾਣੇ ਵੱਡਾ ਮੁੰਡਾ ਕੱਢ ਲਿਆ, ਇਦੂ ਬਾਅਦ ਕਿਹੜਾ ਕਥਾ ਸੁਣਾਵਾਂ ਇਹ ਕਰਮਾਂ ਦੇ ਚਾਲੇ ਦੀ, ਜਿਹਨੇ ਭਰੀ ਸੀ ਗਵਾਹੀ ਆ ਕੇ ਲੱਤੜਾ ਸੀ ਲਾਲੇ ਦੀ, ਤਿੰਨੇ ਯਾਰ ਮੁੰਡੇ ਜਿੱਥੇ ਤਿੰਨੇ ਬੱਝੇ ਸੀ ਚੌਥਾ ਵੀ ਜਾ ਕੇ ਬੱਝ ਗਿਆ, ਜਾਂ ਪਾਲੀ ਲਾ ਸੀ ਕੰਜਰੂ ਵੀ ਮੱਝਾਂ ਛੱਡ ਕੇ ਭੱਜ ਗਿਆ, ਉਹਦਾ ਨਾ ਕੋਈ ਪਸ਼ੂ ਪਖਾਰਾ ਆਏ ਅਤੇ ਨਾ ਕੋਈ ਬੱਕਰੀ ਲੈ ਆਏ, ਦੋਵੇਂ ਭੱਗੇ ਢੱਗੇ ਮੰਗੇ ਮੈਨੂੰ ਜਿਸਵੇ ਤੋਂ ਇੱਕ ਵੇਲਾ ਆਏ, ਵੇ ਕਰਮਾਂ ਦੇ ਚਾਲੇ ਨੂੰ ਕਦੇ ਰੋਂਦਾ ਅਤੇ ਕਦੇ ਆਖਦਾ, ਆਪੇ ਆਟਾ ਗੁਣ ਆਪੇ ਰੋਟੀ ਥੱਪਦਾ, ਉਹਦਾ ਬੜਾ ਵੇਚ ਦਿੱਤੀ ਬਸ ਡੂਢ ਕੁ ਵਿਘਾ ਰਹਿੰਦੀ ਹੈ, ਮੁੜ ਕੇ ਕੰਮ ਨਹੀਂ ਕਰਨਾ ਵਾਰ ਵਾਰ ਜੀਬਾ ਕਹਿੰਦੀ ਹੈ, ਘਰ ਵਿੱਚ ਪੈਰ ਜਦੋਂ ਪਾਇਆ ਸਾਨੂੰ ਕੰਗਾਲ ਬਣਾਉਣੇ ਵਾਲੀ ਨੇ, ਪਰ ਅਸੀਂ ਰੰਗੀ ਰੰਗੀ ਵਾਧੇ ਦਿੱਤਾ ਪੱਟ ਪਿਆਲੀ ਨੇ, ਇੰਨੀ ਕੀ ਆਪਣੀ। ਬਹੁਤ ਵਧੀਆ ਜੀ, ਜ਼ੋਰਦਾਰ ਤਾਲੀ। ਬਾਬਲ ਸ਼ਾਮ ਸ਼ਾਮ ਰੋਵੇ, ਤੂੰ ਕਿਉਂ ਰੋਵੇ ਬਾਬਲਾ, ਤੀਆਂ ਬਾਵੇ ਪੁਰਾਏ
ਬੇਨਤੀ ਸਾਨੂੰ ਦੂਰ ਨਾ ਵਿਆਹ ਦੂਰਾਂ ਦੇ ਪਰਮਟ ਦੂਰ ਸਹੀ ਸਾਥੋਂ ਮਿਲਿਆ ਨਾ ਜਾਵੇ ਮੁਸ਼ਕਲ ਮਿਲਦੀ ਹੈ ਬੀਬਾ ਸੰਭਲ ਕੇ ਵਰਤਾ ਜਵਾਨੀ ਮੁਸ਼ਕਲ ਮਿਲਦੀ ਹੈ ਬੀਬਾ ਸੰਭਲ ਕੇ ਵਰਤਾ ਜਵਾਨੀ ਮੁਸ਼ਕਲ ਮਿਲਦੀ ਹੈ ਬੀਬਾ ਸੰਭਲ ਕੇ ਹੋਰ ਨਾ ਦੇ ਵੀਰੇ ਦੋ ਦੋ ਲਾੜੂ ਦੇ ਮੇਰਾ ਵੀਰਾ ਕੱਲਾ ਲੜੇ ਜਾਂਦੀ ਗੁਜੂਰੀ ਦਾ ਪੱਲਾ ਫੜੇ ਜਾਂਦੀ ਗੁਜੂਰੀ ਦਾ ਪੱਲਾ ਨੱਚ 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 ਤਾਂ ਪਰਾਂ ਹੋ ਕੇ ਨੱਚ ਕਿਤੇ ਡੇਗ ਨਾ ਦੇਈ ਗਵਾਂਢੀਆਂ ਦੀ ਕੰਧ ਬੱਲੀਏ ਤੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਬੱਲੀਏ ਤੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਬੱਲੀਏ ਤੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਬੱਲੀਏ ਮਿੱਤਰੋ ਪਿਆਰੇ ਹੋ ਸਾਨੂੰ ਪਿਆਰ ਕਰਨ ਵਾਲੇ ਹੋ ਸਾਨੂੰ ਵੇਖਣ ਵਾਲੇ ਹੋ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੋਣਾ ਅੱਜ ਜਿਹੜੀ ਮਹਿਫਿਲ ਲੱਗੀ ਹੈ ਉਹਦੇ ਵਿੱਚ ਕਈ ਰੰਗ ਅਸੀਂ ਵੇਖੇ ਨੇ ਅਗਲੀ ਵਾਰੀ ਮਿਲਾਂਗੇ ਕਿਸੇ ਹੋਰ ਪਿੰਡ ਦੇ ਵਿੱਚ ਉੱਥੇ ਰੌਣਕਾਂ ਲਾਵਾਂਗੇ ਉੱਥੇ ਮਹਿਫਿਲ ਲਾਵਾਂਗੇ ਆਪਣਾ ਫੀਡਬੈਕ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਇੱਦਾਂ ਹੀ ਸਾਨੂੰ ਆਪਣਾ ਪਿਆਰ ਦਿੰਦੇ ਰਹੋ ਮਿਲਾਂਗੇ ਅਗਲੀ ਵਾਰੀ ਕਿਸੇ ਹੋਰ ਪਿੰਡ ਦੇ ਵਿੱਚ ਸਤਿ ਸ਼੍ਰੀ ਅਕਾਲ